ਅੱਜ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨਾਲ ਗਰਮਾਏਗੀ ਸੂਬੇ ਦੀ ਸਿਆਸਤ। ਅੰਮ੍ਰਿਤਸਰ 'ਚ ਰਾਹੁਲ ਡਰੱਗਸ ਨਾਲ ਪ੍ਰਭਾਵਿਤ ਲੋਕਾਂ ਨਾਲ ਕਰਨਗੇ ਮੁਲਾਕਾਤ। ਨਸ਼ੇ ਦੇ ਹਾਲ ਨੂੰ ਲੈ ਕੇ ਨੌਜਵਾਨਾਂ ਨਾਲ ਹੋਵੇਗੀ ਚਰਚਾ। ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਵੀ ਮਿਲਣਗੇ ਰਾਹੁਲ ਗਾਂਧੀ। ਪੰਜਾਬ ਵਿਧਾਨ ਸਭਾ 'ਚ ਅੱਜ ਸੁਣਾਈ ਦੇਵੇਗੀ ਪਾਣੀਆਂ ਦੇ ਮੁੱਦੇ ਦੀ ਗੂੰਜ, ਨਾਲ ਹੀ ਬਜਟ ਤੇ ਵੀ ਹੋਵੇਗੀ ਚਰਚਾ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਤੇ ਲਗਾਈ ਰੋਕ। SYL ਦੀ ਜ਼ਮੀਨ ਪੂਰੇ ਜਾਣ ਤੇ ਸਖ਼ਤ। ਸੁਪਰੀਮ ਕੋਰਟ ਨੇ ਹਾਲਾਤ ਪਹਿਲਾਂ ਵਾਂਗ ਬਣਾਈ ਰੱਖਣ ਦੇ ਦਿੱਤੇ ਹੁਕਮ। ਪੰਜਾਬ ਸਰਕਾਰ ਨੇ ਪਾਸ ਕੀਤਾ ਸੀ SYL ਦੀ ਜ਼ਮੀਨ ਡੀ ਨੋਟੀਫਾਈ ਵਾਲਾ ਬਿੱਲ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਹਰ ਰੁਕੇ SYL ਨਹਿਲ ਪੂਰਨ ਦਾ ਕੰਮ। ਦੋ ਦਿਨ ਤੋਂ ਰੋਪੜ ਤੇ ਪਟਿਆਲਾ 'ਚ ਜੰਗੀ ਪੱਧਰ ਤੇ ਜਾਰੀ ਸੀ ਕੰਮ। JCB ਮਸ਼ੀਨਾਂ ਦੀ ਮਦਦ ਨਾਲ ਪੂਰੀ ਜਾ ਰਹੀ ਸੀ ਨਹਿਰ। ਸੁਪਰੀਮ ਕੋਰਟ ਨੇ ਕੇਂਦਰੀ ਗ੍ਰਹਿ ਸਕੱਤਰ, ਪੰਜਾਬ ਦੇ ਮੁੱਖ ਸਕੱਤਰ, ਪੰਜਾਬ ਦੇ DGP ਨੂੰ ਰਿਸੀਵਰ ਨਿਯੁਕਤ ਕੀਤਾ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 31 ਮਾਰਚ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਉਸ ਤਰਕ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿੱਚ ਪੰਜਾਬ ਵੱਲੋਂ ਕਿਹਾ ਗਿਆ ਸੀ ਕਿ ਬਿੱਲ ਨੂੰ ਰੱਦ ਕਰਨ ਦਾ ਅਧਿਕਾਰ ਅਦਾਲਤ ਕੋਲ ਨਹੀਂ ਹੈ। SYL ਤੇ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ ਹਰਿਆਣਾ ਸਰਕਾਰ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਾਨੂੰਨ ਦੀ ਜਿੱਤ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਦਾਲਤ ਦੇ ਫੈਸਲੇ ਦੀ ਪੜਚੋਲ ਕਰਨ ਦੀ ਕਹੀ ਗੱਲ। ਦੋਵੇਂ ਸੂਬਿਆਂ ਦੇ ਵਿਰੋਧੀ ਧਿਰਾਂ ਆਪੋ ਆਪਣੀ ਸਰਕਾਰ ਦੇ ਸਟੈਂਡ ਨੂੰ ਕਰ ਰਹੀਆਂ ਨੇ ਕਟਹਿਰੇ 'ਚ ਖੜਾ। IILD ਨੇ ਅਕਾਲੀ ਦਲ ਨਾਲ ਰਿਸ਼ਤਿਆਂ ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਨਾਲ ਹੁਣ ਕੋਈ ਰਿਸ਼ਤਾ ਨਹੀਂ ਹੈ। IILD ਦਾ ਕਹਿਣਾ ਹੈ ਕਿ ਪੰਜਾਬ ਨੇ ਵੱਡੇ ਭਰਾ ਹੋਣ ਦਾ ਫਰਜ਼ ਨਹੀਂ ਨਿਭਾਇਆ। SYL ਦੇ ਮੁੱਦੇ ਤੇ ਇਨੈਲੋ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਦਿੱਤੇ ਗਏ ਤਿੱਖੇ ਪ੍ਰਤੀਕਰਮ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਦਿੱਤਾ ਜਵਾਬ। ਕਿਹਾ ਗੱਠਜੋੜ ਜਾਰੀ ਰੱਖਣਾ ਜਾਂ ਨਾ ਇਨੈਲੋ ਦੀ ਮਰਜ਼ੀ ਹੈ। SYL ਦੇ ਮੁੱਦੇ ਤੇ ਕਾਂਗਰਸ ਦੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਦਾ ਬਿਆਨ। ਕਿਹਾ ਨਹੀਂ ਹੈ ਪੰਜਾਬ ਕੋਲ ਵਾਧੂ ਪਾਣੀ। ਕਾਂਗਰਸ ਮੁਖੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਰਾਜ ਸਭਾ ਲਈ ਚੁਣਨ ਤੇ ਕੀਤਾ ਧੰਨਵਾਦ। ਸੂਬਾ ਸਰਕਾਰ ਤੇ ਲਗਾਏ ਨਿਸ਼ਾਨੇ। ਹਰਿਆਣਾ ਸਰਕਾਰ ਨੇ ਪੰਜਾਬ ਵੱਲੋਂ ਦਿੱਤਾ 191 ਕਰੋੜ ਦਾ ਚੈੱਕ ਵੀ ਕੀਤਾ ਵਾਪਸ। SYL ਤੇ ਹਰਿਆਣਾ ਵੱਲੋਂ ਖਰਚ ਕੀਤਾ ਗਿਆ ਸੀ 300 ਕਰੋੜ। ਪੰਜਾਬ ਸਰਕਾਰ ਨੇ 191 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੀਤੀ ਸੀ ਜਾਰੀ। SYL ਦੇ ਮੁੱਦੇ ਤੇ ਛਿੜਿਆ ਮਹਾਸੰਗਰਾਮ। ਇਨੈਲੋ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਘੇਰੀ। ਪੰਜਾਬ ਕਾਂਗਰਸੀ ਵਿਧਾਇਕਾਂ ਨੇ ਹਰਿਆਣਾ ਵਿਧਾਨ ਸਭਾ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ। ਹਰਿਆਣਾ ਵਿਧਾਨ ਸਭਾ ਨੇ ਕਾਂਗਰਸ ਤੇ ਪੰਜਾਬ ਵਿਧਾਨ ਸਭਾ ਨੇ ਇਨੈਲੋ ਖਿਲਾਫ਼ ਨਿੰਦਾ ਮਤਾ ਕੀਤਾ ਪਾਸ। ਹਰਿਆਣਾ ਕਾਂਗਰਸ ਨੇਤਾਵਾਂ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ। ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਕੀਤੀ ਮੰਗ। ਕਾਂਗਰਸ ਨੇਤਾ SYL ਦੇ ਮੁੱਦੇ ਤੇ ਪੰਜਾਬ ਸਰਕਾਰ ਦੀ ਸ਼ਿਕਾਇਤ ਰਾਸ਼ਟਰਪਤੀ ਕੋਲ ਕਰਨ ਪਹੁੰਚੇ ਸਨ। ਕਾਂਗਰਸ 'ਚ ਹਾਲ ਹੀ 'ਚ ਸ਼ਾਮਲ ਹੋਏ ਹੰਸਰਾਜ ਹੰਸੇ ਕਾਂਗਰਸੀ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ। ਰਾਜ ਸਭਾ ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਸਨ ਹੰਸਰਾਜ ਹੰਸ, ਪਰ ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਵਿਖੇ ਉਤਸ਼ਾਹਿਤ। ਸਿੱਖ ਚੁਟਕਲਿਆਂ ਖਿਲਾਫ਼ SGPC ਵੱਲੋਂ ਦਾਇਰ ਕੀਤੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਮਨਜ਼ੂਰ। 5 ਅਪ੍ਰੈਲ 2016 ਨੂੰ ਪਹਿਲੀ ਪਟੀਸ਼ਨ ਦੇ ਨਾਲ ਹੀ ਹੋਵੇਗੀ ਮਾਮਲੇ ਦੀ ਸੁਣਵਾਈ। SGPC ਦੇ ਵੋਟਿੰਗ ਅਧਿਕਾਰ ਤੇ ਕੀ ਬੋਲੇ ਅਵਤਾਰ ਸਿੰਘ ਮੱਕੜ। ਸਰਬੱਤ ਖਾਲਸਾ ਤੇ SGPC ਮੁਖੀ ਦਾ ਵੱਡਾ ਬਿਆਨ। ਸਿੱਖਾਂ ਦੇ ਬਣਨ ਵਾਲੇ ਚੁਟਕਲਿਆਂ ਨੂੰ ਰੋਕਣ ਦੀ ਕੀ ਹੈ ਰਣਨੀਤੀ? ਅੱਜ ਸ਼ਾਮ 7 ਵਜੇ ਡਾਇਰੈਕਟ ਵਿਦ ਦਿਨੇਸ਼ ਅਵਤਾਰ ਸਿੰਘ ਮੱਕੜ। ਸਹਿਜਧਾਰੀ ਸਿੱਖੋ ਕੇ ਖਿਲਾਫ਼ ਜੋ ਫੈਸਲਾ ਹੁਆ ਵੋ ਕਿਆ ਨਿਆਏ ਸੰਗਤ ਹੈ? ਜੋ ਵੋਟ ਡਾਲ ਰਹਾ ਹੈ ਵੋ ਪੂਰਾ ਸਿੱਖ ਹੋਣਾ ਚਾਹੀਏ। ਸਹਿਜਧਾਰੀ ਕੋਈ ਵਿਵਸਥਾ ਨਹੀਂ ਹੈ ਹਮਾਰੇ ਮੇਂ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਨਾ ਹੋਣ ਤੇ ਹਾਈਕੋਰਟ ਦੀ ਫਟਕਾਰ। ਕੇਂਦਰ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਮੰਗਿਆ ਜਵਾਬ। ਹੁਣ ਤੱਕ ਕਿਉਂ ਨਹੀਂ ਸ਼ੁਰੂ ਹੋਈਆਂ ਕੌਮਾਂਤਰੀ ਉਡਾਣਾਂ? ਪੰਜਾਬ ਦੇ ਖਿਡਾਰੀਆਂ ਨੂੰ ਮਿਲੇਗੀ ਆਸਟ੍ਰੇਲੀਆ ਵਿੱਚ ਟ੍ਰੇਨਿੰਗ। ਪੰਜਾਬ ਸਰਕਾਰ ਨੇ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਨਾਲ ਕੀਤਾ ਕਰਾਰ। ਉਪ ਮੁੱਖ ਮੰਤਰੀ ਨੇ ਖੇਡਾਂ ਦੇ ਲਿਹਾਜ਼ ਨਾਲ ਇਸ ਕਦਮ ਨੂੰ ਦੱਸਿਆ ਸ਼ਲਾਘਾਯੋਗ। ਰਾਖਵੇਕਰਨ ਨੂੰ ਲੈ ਕੇ ਸੂਬਾ ਸਰਕਾਰ ਨੂੰ ਮਿਲਣ ਜਾਣਗੇ
जाट नेता ते खाप प्रतिनिधि सरकार दे सामने रखणगे राखवीकरण कोटे दी मांग। सरकार ने चल रहे विधानसभा सैशन च जाट बिल लियाउण दा दित्ता है भरोसा। जम्मू कश्मीर च सरकार गठन नूं लैके तेज होईआं अटकलां। अज प्रधानमंत्री मोदी नाल मुलाकात कर सकदी है महबूबा मुफ्ती। सूत्रां दे मुताबक होली तक चुक सकदी है मुख मंत्री अहुदे दी सहुं। पठानकोट दहशतगर्दी हमले की जांच के लिए पाकिस्तान की ज्वाइंट इन्वेस्टिगेटिव टीम 27 मार्च नूं आवेगी भारत। भारत ने कहा JIT नूं पठानकोट एयरबेस जिथे भी जाण की जरूरत होवेगी जाण दिता जाएगा। राजस्थान के पोखरण च अज होवेगा भारतीय हवाई फौज का हुण तक का सब तो वड्डा फौजी अभ्यास। स्वदेशी लड़ाकू हैलीकॉप्टर तो इलावा तेजस विमान सुखोई विमान की भी विखेगी ताकत। राष्ट्रपति और प्रधानमंत्री भी रहेंगे मौजूद। जम्मू कश्मीर च कई थाई बर्फबारी ते बारिश तो बाद नैशनल हाईवे बंद। मौसम विभाग ने जारी किया बर्फीले तूफान का अलर्ट। हिमाचल च बदलिया मौसम का मिजाज। मनाली मंडी चंबा च तेज बारिश त उचाई वाले इलाकों च भारी बर्फबारी। मोहाली च मैच से टिकटां नूं लैके होया हंगामा। मोहाली के पीसीए स्टेडियम च 27 मार्च नूं होने वाले भारत आस्ट्रेलिया मैच च टिकटां खरीदण गए विद्यार्थी हुए निराश। क्या नहीं दिता जा रहा टिकटां ते स्पेशल डिस्काउंट।